ਘਰੋਂ ਭੱਜੀ ਲੜਕੀ ਦੇ ਮਾਪਿਆਂ ਵੱਲੋਂ ਆਪਾ ਖੋਂਦੇ ਹੋਏ ਲੜਕੇ ਦੀ ਭੈਣ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਆਪਣੀ ਬੇਟੀ ਦਾ ਬਚਾਵ ਕਰਦੇ ਹੋਏ ਲੜਕੇ ਦਾ ਪਿਤਾ ਅਤੇ ਉਸ ਦੀ ਭੈਣ ਗੰਭੀਰ ਜ਼ਖਮੀ ਹੋ ਗਏ। ਦਰਅਸਲ ਧੀਰਜ ਨਾਮਕ ਲੜਕਾ ਅਤੇ ਕੀਰਤੀ ਨਾਮਕ ਲੜਕੀ ਨੇ ਕੁਝ ਦਿਨ ਪਹਿਲਾਂ ਘਰੋਂ ਭੱਜ ਕੇ ਕੋਰਟ ਮੈਰਿਜ ਕਰਵਾ ਲਈ ਸੀ, ਜਿਸ ਤੋਂ ਗੁੱਸੇ ਵਿੱਚ ਆਏ ਲੜਕੀ ਦੇ ਪਰਿਵਾਰ ਵਾਲਿਆਂ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਲੜਕੇ ਵਾਲਿਆਂ ਦਾ ਆਰੋਪ ਹੈ ਕਿ ਲੜਕੀ ਦੀ ਮਾਂ ਉਸ ਨੂੰ ਵੇਚਣਾ ਚਾਹੁੰਦੀ ਸੀ ਅਤੇ ਉਹਨਾਂ ਦੇ ਲੜਕੇ ਨੇ ਉਸ ਨਾਲ ਵਿਆਹ ਕਰਵਾ ਕੇ ਉਸ ਦੀ ਜ਼ਿੰਦਗੀ ਸੁਰੱਖਿਅਤ ਕੀਤੀ ਹੈ। ਫਿਲਹਾਲ ਪੀੜਿਤ ਪਰਿਵਾਰ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਮੇਰੇ ਭਰਾ ਦਾ ਨਾਮ ਧੀਰਜ ਕੁਮਾਰ। ਵਕੀਲ ਨੇ ਜਦੋਂ ਘਰ ਲੱਗ ਕੇ ਸਾਨੂੰ ਦੱਸਿਆ ਕਿ ਤੁਹਾਡੇ ਇਸ ਤਰ੍ਹਾਂ ਇਹ ਧੀਰਜ ਕੁਮਾਰ ਨਾਮ ਦਾ ਮੁੰਡਾ ਹੈਗਾ, ਉਹਨੇ ਵਿਆਹ ਕਰਵਾ ਲਿਆ ਫਲਾਣੇ ਤੁਹਾਡੀ ਗੁਆਂਢੀਆਂ ਦੀ ਕੁੜੀ ਦੇ ਨਾਲ। ਤਾਂ ਬਸ ਮੈਂ ਉਸ ਟਾਈਮ ਪੜ੍ਹ ਕੇ ਹੈਰਾਨ ਹੋ ਗਈ ਕਿ ਇਹਨੇ ਮਤਲਬ ਕੋਰਟ ਮੈਰਿਜ ਕਰਵਾ ਲਈ ਹੈ। ਉਹ ਜਦੋਂ ਵਕੀਲ ਨੇ ਮੈਨੂੰ ਸਾਰੀ ਸੱਚਾਈ ਦੱਸੀ ਕਿ ਕੁੜੀ ਕਿਸ ਤਰ੍ਹਾਂ ਉੱਥੋਂ ਭੱਜ ਕੇ ਆਈ ਹੈ, ਉਹਦੇ ਘਰਦਿਆਂ ਨੇ ਉਹਦੇ ਨਾਲ ਉੱਥੇ ਕੀ ਕੀਤਾ ਕੀ ਨਹੀਂ, ਉਹਦੀ ਮਾਂ ਅਤੇ ਉਹਦੀ ਮਾਸੀ ਨੇ ਰਲ ਕੇ ਹਰਿਆਣੇ ਜਾ ਕੇ ਉਹਦੀ ਕੁੜੀ ਨੂੰ ਉਹਦਾ ਸੌਦਾ ਕਰ ਦਿੱਤਾ 4 ਲੱਖ ਰੁਪਏ ਦੇ ਵਿੱਚ, ਔਰ ਕੱਲ੍ਹ 12 ਤਰੀਕ ਨੂੰ ਉਹਦਾ ਵਿਆਹ ਫਿਕਸ ਕਰ ਦਿੱਤਾ ਸੀਗਾ। ਅਤੇ ਬਸ ਉਹਨਾਂ ਨੂੰ ਜਦੋਂ ਪਤਾ ਲੱਗਾ ਉਹ ਘਰ ਆ ਗਿਆ, ਸਾਨੂੰ ਖੁਦ ਨਹੀਂ ਸੀ ਪਤਾ ਕਿ ਸਾਡੇ ਮੁੰਡੇ ਨੇ ਕੋਰਟ ਮੈਰਿਜ ਕਰਵਾ ਲਈ ਹੋਈ ਹੈ। ਔਰ ਜਿਸ ਤਰ੍ਹਾਂ ਹੀ ਉਹਨਾਂ ਨੇ ਦੇਖਿਆ ਸਾਨੂੰ, ਉਹ ਛਾਪਾ ਮਾਰਦੇ ਪਏ ਸੀ ਕਿ ਘਰ ਆਏ ਹੈ ਕਿ ਨਹੀਂ ਆਏ। ਅਤੇ ਬਸ ਜੇ ਮੈਂ ਪੜ੍ਹਦੀ ਪਈ ਸੀ ਪੇਪਰ, ਤਾਂ ਉਹਨਾਂ ਨੇ ਸਾਡਾ ਕੋਠਾ ਟੱਪ ਕੇ ਸਰ ਮੇਰੇ ਪਾਪਾ ਦੇ ਉੱਪਰ ਔਰ ਮੇਰੇ ਉੱਪਰ ਉਹਨਾਂ ਨੇ ਹਮਲਾ ਕਰ ਦਿੱਤਾ, ਮੇਰੇ ਕੱਪੜੇ ਵਗੈਰਾ ਫਾੜੇ ਉਹਨਾਂ ਨੇ ਆਪਣੀ ਧੀ ਦਾ। ਹਾਂਜੀ, ਆਪਣੀ ਧੀ ਦਾ ਬਦਲਾ ਲੈਣ ਵਾਸਤੇ ਉਹਨਾਂ ਨੇ ਕਿਹਾ ਕਿ ਸਾਡੀ ਧੀ ਨੇ ਤੁਸੀਂ ਇੱਜ਼ਤ ਖਰਾਬ ਕੀਤੀ, ਅਸੀਂ ਤੁਹਾਡੀ ਧੀ ਦੀ ਕਰਨੀ ਹੈ। ਅਗਰ ਇੱਕ ਕੁੜੀ ਦੀ ਜਾਨ ਨੂੰ ਖਤਰਾ ਸੀਗਾ ਉਹਦੇ ਨਾਲ, ਮਤਲਬ ਜਸਟਿਸ ਨਹੀਂ ਸੀ ਹੋਣ ਜਾ ਰਿਹਾ, ਔਰ ਅਗਰ ਮੇਰੇ ਭਰਾ ਨੇ ਆਪਣੀ ਜ਼ਿੰਦਗੀ ਬਰਬਾਦ ਕਰਕੇ ਉਹਦੀ ਜ਼ਿੰਦਗੀ ਬਚਾਈ ਹੈ, ਤਾਂ ਅੱਗੋਂ ਸ਼ਾਇਦ ਉਹਦੇ ਘਰ ਆਉਣ ਵਾਲਾ ਟਾਈਮ ਸ਼ਾਇਦ ਰੱਬ ਨੇ ਉਹਦੇ ਵਾਸਤੇ ਸਹੀ ਹੀ ਲਿਖਿਆ ਹੋਊਗਾ। ਮੇਰੇ ਬੇਟੇ ਨੇ ਇਹਨਾਂ ਦੀ ਬੇਟੀ ਦੇ ਨਾਲ ਲਵ ਮੈਰਿਜ ਕਰਾਈ ਹੈ ਕੋਰਟ ਮੈਰਿਜ ਦੇ ਵਿੱਚ ਹਾਈ ਕੋਰਟ 'ਚ। ਸਾਨੂੰ ਨਹੀਂ ਇਸ ਗੱਲ ਦਾ ਪਤਾ ਕਿ ਇਹਨਾਂ ਵੀ ਹਾਈ ਕੋਰਟ ਦੇ ਵਿੱਚ ਮੈਰਿਜ ਕਰਾਈ ਹੈ। ਜਦ ਅਸੀਂ 3-4 ਦਿਨਾਂ ਬਾਅਦ ਅਸੀਂ ਬੇਟੀ ਨੂੰ ਇਹਨਾਂ ਦੀ ਲੱਭ ਕੇ ਅਸੀਂ ਘਰ ਆਏ ਹਾਂ, ਸਾਨੂੰ ਨਹੀਂ ਹੱਥ ਲੱਗੇ, ਨਾ ਬੇਟੀ ਲੱਗੀ ਹੈ ਇਹਨਾਂ ਦੀ, ਨਾ ਮੇਰਾ ਬੇਟਾ ਲੱਗਾ ਵਾ, ਹੱਥ ਮਾਰ ਤਾਂ ਕੇ ਘਰ ਆ ਗਏ ਹਾਂ। ਘਰ ਆਇਆ ਅਤੇ 1.5 ਘੰਟੇ ਬਾਅਦ ਕੋਈ ਚੰਡੀਗੜ੍ਹੋਂ ਕੋਈ ਵਕੀਲ ਆਇਆ ਮੇਰੇ ਕੋਲ, ਮੈਨੂੰ ਆ ਕੇ ਉਹਨੇ ਪੁੱਛਿਆ, ਕਹਿੰਦਾ ਸਤੀਸ਼ ਕੁਮਾਰ ਤੁਹਾਡਾ ਨਾਮ ਹੈ? ਜੀ ਸਰ, ਮੇਰਾ ਨਾਮ ਆ। ਮੈਨੂੰ ਕਹਿੰਦਾ ਜੀ ਤੁਹਾਡੇ ਬੇਟੇ ਨੇ ਕੋਰਟ ਮੈਰਿਜ ਕਰਾ ਲਿਆ, ਉਹਦੇ ਪ੍ਰੋਡਕਸ਼ਨ ਦੇ ਕਾਗਜ਼ ਨੇ, ਤੁਸੀਂ ਇੱਕ SSP ਦੇ ਦਿਓ, ਇੱਕ ਠਾਣੇ ਦੇ ਦਿਓ, ਕੋਈ ਕੁੜੀ ਵਾਲਿਆਂ ਨੂੰ ਦੇ ਦਿਓ। ਮੈਂ ਕਿਹਾ ਸਰ ਮੇਰੇ 'ਤੇ ਕੋਈ ਹਮਲਾ ਕਰੇਗਾ ਤਾਂ ਫਿਰ ਉਹਦਾ ਕੌਣ ਜ਼ਿੰਮੇਵਾਰ ਹੈ? ਕਹਿੰਦਾ ਤੁਸੀਂ ਫੌਰਨ ਪਹਿਲਾਂ ਕਾਗਜ਼ ਪਹੁੰਚਾ ਦਿਓ। ਮੈਂ ਇਹ ਕਾਗਜ਼ ਪੜ੍ਹ ਹੀ ਰਿਹਾ ਸੀਗਾ ਕਿ 19 ਦੇਰ ਨੂੰ ਇਹਨਾਂ ਨੇ ਪਤਾ ਲੱਗ ਗਿਆ ਵੀ ਇਹ ਆ ਗਏ ਨੇ। ਇਹਨਾਂ ਨੇ ਆ ਕੇ ਮੇਰੇ 'ਤੇ 5-7 ਬੰਦਿਆਂ ਨੇ ਕੋਠਾ ਟੱਪ ਗਏ, ਮੇਰੇ 'ਤੇ ਘਰ ਆ ਗਏ, ਮੇਰੇ 'ਤੇ ਉਹ ਮੇਰੀ ਬੇਟੀ 'ਤੇ ਨਾ ਹਮਲਾ ਕੀਤਾ। ਝਗੜਾ ਇਹਨਾਂ ਦਾ ਬੇਟਾ ਸੀ, ਉਹਨੇ ਕੋਈ 3-4 ਦਿਨ ਪਹਿਲਾਂ ਆਪਣੀ ਗੁਆਂਢੀਆਂ ਦੀ ਲੜਕੀ ਜਿਹੜੀ ਆ ਭਜਾ ਕੇ ਲੈ ਗਿਆ ਸੀ। ਲੜਕੀ ਗਈ ਇੱਥੋਂ ਜਗਾਦੜੀ ਆਪਣੇ ਰਿਸ਼ਤੇਦਾਰਾਂ ਗਈ ਸੀ, ਤਾਂ ਉੱਥੋਂ ਭਜਾ ਖੜੀ, ਉੱਥੇ FIR ਉਹਨਾਂ ਲਾਉਂਜ ਕਰਾਈ ਹੈ। ਉਸ ਤੋਂ ਬਾਅਦ ਅੱਜ ਇਹਨਾਂ ਦੇ ਇਹ ਘਰ ਆਏ ਨੇ, ਆਪਣੇ ਲੜਕੇ ਦਾ ਪਿਤਾ ਅਤੇ ਲੜਕੇ ਦੀ ਸਿਸਟਰ, ਇਹਨਾਂ ਦੇ ਕੋਲ ਹਾਈਕੋਰਟ ਦੇ ਆਰਡਰ ਆ ਗਏ ਵੀ ਇਹਨਾਂ ਨੇ ਵਿਆਹ ਕਰ ਲਿਆ ਆਪਣਾ। ਇਹਨਾਂ ਦੇ ਕਹਿਣ ਮੁਤਾਬਕ ਜੇ ਆ ਵੀ ਉਹ ਜਿਹੜੇ ਲੜਕੀ ਵਾਲੇ ਸੀ ਉਹਨਾਂ ਦੇ ਘਰ ਆਣ ਕੇ ਇਹਨਾਂ ਨੂੰ ਸੱਟਾਂ ਹੁੱਟਾਂ ਲਾ ਗਏ ਆ, ਅਤੇ ਇਸ ਸੰਬੰਧ ਵਿੱਚ ਸਾਡੇ ਕੋਲ ਐਂਬੂਲੈਂਸ ਸੂਲ ਹੋਈਆਂ ਨੇ ਐਂਬੂਲੈਂਸ, ਅਤੇ ਉਹਨਾਂ ਦੇ ਬਿਆਨ ਹਾਸਲ ਕਰਕੇ ਜਿਹੜੀ ਬਣਦੀ ਕਾਰਵਾਈ ਹੋਊਗੀ ਦਰਖਾਸਤ ਕਰਨ ਤੋਂ ਬਾਅਦ ਕੀਤੀ ਜਾਵੇਗੀ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।